ਚਲੀ ਚੋਰੀ ਚਾ ਹੁਣ 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 ਇਹਨਾਂ ਦੀ ਬੱਸ ਹੋ ਗਈ ਅੱਗੇ ਇਹਨਾਂ ਦੀ ਹਾਲ ਹਾਲ ਆਈ ਸਾਨੂੰ ਵੀ ਗਾ ਭੈਲੇ ਵਾਟ ਦੀ ਬਿਸਮਿਲ੍ਲਾ ਰਹਿਮਾਨ ਰਹੀਮ। ਦੋਸਤੋ ਕੰਮ ਸ਼ੁਰੂ ਹੋ ਗਿਆ, ਰੇਪਰ ਜਿਹੜੀ ਇਹ ਟਰੈਕਟਰ ਦੇ ਅੱਗੋਂ ਫਿਟਿੰਗ ਕਰਾਉਂਦੇ ਪਏ ਹਾਂ ਅਤੇ ਮੋੜ ਚਲਾਉਂਦੇ ਪਏ ਹਾਂ ਅਤੇ ਤੁਹਾਡੇ ਨਾਲ ਸ਼ੇਅਰ ਕਰਾਉਂਦੇ ਹਾਂ ਟਰੈਕਟਰ ਦੀ ਪਰਫੋਰਮੈਂਸ ਹੀ ਅਤੇ ਸਾਰਾ ਕੁਝ। ਰੇਪਰ ਦੋਸਤੋ ਅੱਗੋਂ ਖੁੱਲ੍ਹੀ ਪਈ ਆਈ, ਅੱਗੋਂ ਖੋਲ੍ਹ ਕੇ ਰੱਖ ਛੋੜੀ ਆਈ, ਬਾਰਿਸ਼ ਆਈ ਆਈ ਅਤੇ ਖੋਲ੍ਹ ਕੇ ਰੱਖ ਛੋੜੀ ਆਈ, ਟਰੈਕਟਰ ਧੋਤਾ ਛੋਤਾ ਆਈ ਅਤੇ ਕੋਈ ਟਰੈਕਟਰ ਦੀ ਸੈਟਿੰਗ ਮੈਟਿੰਗ ਆਈ ਉਹ ਕੀਤੀ ਆਈ। ਪਿਛਲੀ ਵੀਡੀਓ ਦੇ ਵਿੱਚ ਤੁਸੀਂ ਵੇਖਿਓ ਸੀ ਅਸਾਂ ਦੀ ਟੈਂਕੀ ਚੇਂਜ ਕੀਤੀ ਆਈ, ਨਵੀਂ ਪਾਈ ਆਈ, ਟੈਂਕੀ ਲੀਕ ਹੋ ਗਈ ਆਈ ਅਤੇ ਹੁਣ ਲਈ ਬਹਿੰਦੇ ਹਾਂ ਇਹਦੇ ਉੱਤੇ ਕਟਾਈ ਕਰਾਉਂਦੇ ਪਏ ਹਾਂ ਅਤੇ ਚੈਨ ਵਾਲੀ ਰੇਪਰ ਹੈ 2019 ਮਾਡਲ ਹੈ, ਇਹ ਚੈੱਕ ਕਰ ਸਕਦੇ ਹੋ, ਇਹ ਵੇਖ ਲਓ ਅਤੇ ਇਹਦੀ ਤੁਹਾਨੂੰ ਕਟਾਈ ਵੀ ਖਾਈਂਦੇ ਹਾਂ ਅਤੇ ਤੁਹਾਡੇ ਨਾਲ ਸ਼ੇਅਰ ਕਰਾਉਂਦੇ ਹਾਂ ਸਾਰਾ ਜਿਹੜਾ ਵਲੌਗ ਬਣਾਉਂਦੇ ਪਏ ਹਾਂ। ਕਟਾਈ ਛਟਾਈ ਇਹਨਾਂ ਦੀ ਤੁਹਾਨੂੰ ਵੀ ਖਾਈਂਦੇ ਹਾਂ ਅਤੇ ਤੁਹਾਨੂੰ ਵੱਧ ਦੱਸੇ ਸਾਂ ਗੱਡੀ ਦੀ ਪਰਫੋਰਮੈਂਸ ਜਿਹੜੀ ਹੈ ਕਿੱਲੇ ਦੇ ਉੱਤੇ ਕਿਤਣੀ ਇਹਦੀ ਐਵਰੇਜ ਆਉਂਦੀ ਹੈ ਡੀਜ਼ਲ ਦੀ। ਰਾਜੀ 2003 ਮਾਡਲ ਟਰੈਕਟਰ, ਗੱਡੀ ਨੂੰ ਸਲਾ ਮਾਰ ਚੜਿਆ ਬਾਈ ਜਾਨ ਹੋਰੀ ਅਤੇ ਚੱਲਦੇ ਪਏ ਹੈਗਾ 11 ਦੇ ਵਿੱਚ ਅਤੇ ਤੁਹਾਨੂੰ ਸਾਰਾ ਮਾਹੌਲ ਵੀ ਖਾਈਂਦੇ ਹਾਂ, ਇੰਜੋਏ ਕਰਾਈਂਦੇ ਹਾਂ ਮਾਸ਼ਾ ਅੱਲਾ। ਉਸਤਾਦ ਪਾਕ ਹੋਰੀ ਗੱਡੀ 'ਤੇ ਬਹਾਏ ਗਏ ਅਤੇ ਰਵਾਨਗੀ ਸਾਡੀ ਸ਼ੁਰੂ ਹੋ ਗਈ ਹੈ। ਬਾਕੀ ਦੋਸਤੋ ਸਾਡੇ ਨਾਲ ਰਾਤੋਂ ਕੈਮਰਾ ਥੋੜ੍ਹਾ ਸਾਫ਼ ਕਰ ਲੱਗੀਏ। ਬਾਕੀ ਦੋਸਤੋ ਸਾਡੇ ਨਾਲ ਰਾਤੋਂ ਤੁਹਾਨੂੰ ਸਾਰਾ ਮਾਹੌਲ ਜਿਹੜਾ ਹੈ ਅੱਜ ਆਪਣੇ ਇਲਾਕੇ ਦਾ ਉਹ ਵੀ ਇੰਜੋਏ ਕਰਾਉਂਦੇ ਹਾਂ ਅਤੇ ਤੁਹਾਨੂੰ ਸਾਰਾ ਕੁਝ ਵੀ ਖਾਈਂਦੇ ਹਾਂ, ਕਟਾਈ ਵਗੈਰਾ ਕਿਸ ਤਰੀਕਾ 'ਤੇ। ਬਾਕੀ ਚੈੱਕ ਕਰੋ ਸਾਡੇ ਇਲਾਕੇ ਦੇ ਵਿੱਚ ਗਰੀਨਰੀ, ਕਿਆ ਹੀ ਬਾਤ ਹੈ। ਅਤੇ ਮੌਸਮ ਅੱਜ ਜਿਹੜਾ ਕੋਈ ਅੱਲਾਹ ਦੇ ਕਰਮ ਹੋਇਆ ਸਾਡੇ ਉੱਤੇ, ਕਲੀਅਰ ਹੋਇਆ ਹੈ ਮੌਸਮ, ਬੱਦਲ ਸ਼ਦਲ ਵਧੇ ਹਨ ਮਾੜੇ ਮੋਟੇ, ਲੇਕਿਨ ਅੱਲਾਹ ਪਾਕ ਕਰਮ ਕਰੇ ਸੀ ਕਿਉਂਕਿ ਕਿਸਾਨ ਜੱਟ ਬਿਰਾ ਬੜੀ ਮਿਹਨਤ ਕੀਤੀ ਹੈ, ਸਾਲ ਦੀ ਰੋਜ਼ੀ ਜਿਹੜੀ ਹੈ ਇਹਨੂੰ ਤਿਆਰ ਕੀਤਾ ਬੜੀ ਮਿਹਨਤ ਕਰਕੇ, ਬੜੇ ਖਰਚੇ ਕਰਕੇ। ਅਤੇ ਬਾਕੀ ਹੁਣ ਅੱਗੇ ਚੱਲਦੇ ਪਏ ਹਾਂ ਟਰੈਕਟਰ ਦੇ ਮਗਰੂੰ ਮਗਰੂੰ। ਦੋਸਤੋ ਉਸਤਾਦ ਪਾਕ ਜਿਹੜਾ ਗੱਡੀ 11 ਦੇ ਵਿੱਚ ਲਾਏ ਕੇ ਆ ਗਈ ਹੈ ਅਤੇ ਗੱਡੀ ਸਿੱਧੀ ਕਰਾਉਂਦਾ ਪਈ ਹੈ ਅਤੇ ਬਾਏ ਕਟਾਈ ਸ਼ੁਰੂ ਕਰਾਉਂਦਾ ਪਈ ਹੈ ਅਤੇ ਤੁਹਾਨੂੰ ਵੀ ਕਹਿੰਦੇ ਹਾਂ ਬਈ ਰੇਪਰ 2019 ਮਾਡਲ ਚੈਨ ਵਾਲੀ ਰੇਪਰ ਅਤੇ ਇਹਦੀ ਕਟਾਈ ਕਿਸ ਤਰੀਕੇ ਆਉਂਦੀ ਹੈ। ਗੇਅਰ ਲਾ ਕੇ ਚੈੱਕ ਕਰਾਉਂਦੇ ਪਏ ਹਾਂ ਅਤੇ ਰੇਪਰ ਨੂੰ ਤੇਲ ਸ਼ੇਲ ਦਿੰਦਾ ਪਿਆ ਉਸਤਾਦ ਪਾਕ, ਚਾਹਤਾ ਚਾਹਤਾ ਬਈ ਚੈਨ ਜਿਹੜਾ ਉਹ ਰਵਾਂ ਹੋ ਜਾਵੇ। ਜਿਵੇਂ ਸਾਰੇ ਬਾਲ ਜਿਹੜੇ ਨਾ ਆਏ ਖਲੋਤੇ ਨੇ ਰੇਪਰ ਵੇਖਣ ਆਏ ਖਲੋਤੇ ਨੇ ਬਈ ਕਿਵੇਂ ਕਟਾਈ ਆਉਂਦੀ ਪਈ ਹੈ, ਮਾਹੌਲ ਜਿਹੜਾ ਉਹ ਇੰਜੋਏ ਕਰਨ ਆਏ ਖਲੋਤੇ ਨੇ।
ਦੁਏ ਨਾਇਕ ਸਾਹਿਬ ਉਹਦੇ ਖੇਲ ਖੇਲ ਦੇ ਰਹੇ ਨੇ। ਦੋ ਹਜ਼ਾਰ ਤਰੇ ਮਾਡਲ ਗੱਡੀ ਗਾਜ਼ੀ। ਉਸਤਾਦ ਸਾਹਿਬ ਡਰਾਈਵਰ ਤੇ ਬਾਏ, ਡਰਾਈਵਰ ਬਾਏ ਕੀ ਆ ਉਸਤਾਦ ਪਾਕ ਖੁਦ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਮਾਸ਼ਾ ਅੱਲਾਹ ਦੋਸਤੋ, ਜ਼ਬਰਦਸਤ ਖੂਬਸੂਰਤ ਕਟਾਈ, ਚੈੱਕ ਕਰੋ, ਬਹੁਤ ਅੱਛੀ ਪਰਫੋਰਮੈਂਸ। ਗੱਡੀ ਦੇ ਵੇਡੀ ਦਲ ਪੈਂਦੇ ਪਏ ਹਾਂ ਕਿਉਂਕਿ ਟੈਂਕੀ ਨਵੀਂ ਚੇਂਜ ਕੀਤੀ ਆ। ਇਹਨਾਂ ਤੋਂ ਬਾਅਦ ਘਰ ਲੱਸਾਂ ਕੋਈ ਨਾ ਆਈ ਚਲਾਈ, ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਬਈ ਟੈਂਕੀ ਨਵੀਂ ਪਾਈ ਆਈ, ਅਤੇ ਗੱਡੀ ਦੇ ਵਿੱਚ ਉਂਡੀ ਦਲ ਪੈਂਦੇ ਪਏ ਹਾਂ ਅੱਗੇ ਘੱਟ ਆਈ ਵਿੱਚ। ਹੁਣ ਇਹਨਾਂ ਦੀ ਬੱਸ ਹੋ ਗਈ ਅੱਗੇ, ਇਹਨਾਂ ਦੀ ਹਾਲ ਹਾਲ ਆਈ, ਸਾਨੂੰ ਵੀ ਗਾ ਭੈਲੇ ਵਾਟ ਦੀ। ਇਸ ਕਣਕ ਦੇ ਹੁਣ ਰੇਪਰ ਤਾਂ ਪੈਂਦੇ ਪਏ ਹਾਂ, ਅਤੇ ਮੁੜ ਮਜ਼ੀਦ ਹੋਰ ਚੈਕਿੰਗ ਕਰਦੇ ਹਾਂ। ਪਿੱਛਾ ਸਿਰਫ ਇੰਨੇ ਇੱਕ ਦੋ ਫੇਰੇ ਮਾਰੇ ਨੇ ਬਸ ਉਹ ਚੈਕਿੰਗ ਵਾਸਤੇ। ਬਾਲ ਵੇਖੋ ਇਕੱਠੇ ਹੋਏ ਪਏ, ਸ਼ੁਗਲ ਵੇਖਣ ਕਣ ਸਿਰੇ ਪਈਆਂ, ਤਮਾਸ਼ਬੀਨ ਕੱਸੀ ਟੈਂਦੇ ਪਏ ਹਾਂ, ਅਤੇ ਗੱਡੀ ਉਰਾਂ ਟਪੈਂਦੇ ਪਏ ਹਾਂ ਅੱਗਾਂ, ਅਤੇ ਇਸ ਪਿਆਰੇ ਨੂੰ ਗਰਕਾਉਂ ਆਇਆ ਇਹਨੂੰ। ਹਾਲੇ ਤੁਹਾਨੂੰ ਗੱਡੀ ਸਿੱਧੀ ਪੱਧਰੀ ਹੋ ਸੀ ਤੇ ਤਾਂ ਕਈ ਗੱਲ ਬਣਦੀ। ਓਏ ਪਰੂ ਕੌਣ ਜੁਣ ਮਾਸ਼ਾਅੱਲਾ ਦੋਸਤੋ, ਬਹੁਤ ਹੀ ਅੱਛੀ ਅਤੇ ਔਰ ਖੂਬਸੂਰਤ ਕਟਾਈ ਹੈ, ਬੜੀ ਜ਼ਬਰਦਸਤ। ਚੈੱਕ ਕਰ ਸਕਦੇ ਹੋ ਤੁਸੀਂ ਰੇਪਰ ਜਿਹੜਾ ਉਹ ਸਾਡਾ ਚੈਨ ਵਾਲਾ ਰੇਪਰ ਹੈ, ਅਤੇ ਬਹੁਤ ਪਿਆਰੀ ਕਟਾਈ ਹੈ ਹਲ ਦੋਣੀ, ਕਿਉਂਕਿ ਕਣਕ ਵੀ ਤੱਲੂ ਸਿੰਨੀ ਹੈ, ਨਾੜ ਵੀ ਸਿੰਨਾ ਪਈ ਹੈ, ਅਤੇ ਤੱਲੂ ਇਹ ਵੇਖ ਲਓ ਜਿਹੜੀ ਜ਼ਮੀਨ ਹੈ ਉਹ ਬਿਲਕੁਲ ਫੁੱਲ ਵੱਤਰੇ ਪਈ ਹੈ, ਇਹ ਵੇਖ ਲਓ ਫੁੱਲ ਵੱਤਰੇ 'ਚ ਪਈ ਹੈ। ਬਾਕੀ ਦੋਸਤੋ ਬੜੀ ਖੂਬਸੂਰਤ ਅੱਛੀ ਕਟਾਈ ਹੈ ਭਾਈ।
ਜ਼ਬਰਦਸਤ ਮਾਸ਼ਾਅੱਲਾ। ਥੋੜ੍ਹਾ ਜਿਹਾ ਕੈਮਰਾ ਸਾਫ਼ ਕਰ ਲਵੀਏ। ਅਤੇ ਬਾਕੀ ਦੋਸਤੋ ਕਮੈਂਟ ਦੇ ਵਿੱਚ ਦੱਸਿਆ ਜ਼ਰੂਰ ਸਾਡਾ ਜਿਹੜਾ ਵੀਡੀਓ ਵਲੌਗ ਹੈ ਤੁਹਾਨੂੰ ਕਿਹੋ ਲੱਗਾ। ਉਮੀਦ ਕਰਦੇ ਹਾਂ ਸਾਡਾ ਵੀਡੀਓ ਵਲੌਗ ਤੁਹਾਨੂੰ ਅੱਛਾ ਲੱਗਾ। ਅਸੀਂ ਵੀਡੀਓ ਸਾਡੀ ਜ਼ਰੂਰ ਲਾਈਕ ਕਰੋ, ਚੈੱਕ ਕਰੋ। ਬੜੀ ਜ਼ਬਰਦਸਤ ਖੂਬਸੂਰਤ ਕਟਾਈ ਕਰਦੀ ਪਈ ਹੈ ਚੈਨ ਵਾਲੀ ਰੇਪਰ, 2019 ਮਾਡਲ ਹੈ। ਸਿਰੇ ਸ਼ਿਰੇ ਕੋਈ ਨਹੀਂ ਬਣੇ ਹੋਏ ਨਾ, ਇਹਦੀ ਵਜ੍ਹਾ ਤੂੰ ਥੋੜ੍ਹਾ ਜਿਹਾ ਟੈਨਸ਼ਨ ਨੇ ਬਈ ਜਲਦੀ ਕਟਾਈ ਨਹੀਂ ਹੁੰਦੀ ਪਈ। ਇਹ ਪਹਿਲੇ ਸਿਰੇ ਮਾਰੇ ਪਏ ਹੋਵੇ ਕਟਾ ਦੁਆ, ਅਤੇ ਗੱਡੀ ਆਵੇ ਨਾ ਜੱਟ ਨੂੰ ਟੈਨਸ਼ਨ ਅਤੇ ਨਾ ਟਰੈਕਟਰ ਰੇਪਰ ਵਾਲੇ ਨੂੰ ਟੈਨਸ਼ਨ, ਕਿਉਂਕਿ ਜੱਟ ਦਾ ਵੀ ਜਲਦੀ ਕੰਮ ਨਿਬੜ ਪੈਂਦਾ ਅਤੇ ਰੇਪਰ ਵਾਲੇ ਦਾ ਵੀ ਜਲਦੀ ਕੰਮ ਹੋ ਪੈਂਦਾ, ਕਿਉਂਕਿ 2-4 ਕਿੱਲੇ ਜ਼ਿਆਦਾ ਵੱਢ ਸਕਿੰਦੇ ਨੇ ਅਗਰ ਸਿਰੇ ਸ਼ਿਰੇ ਪਹਿਲੇ ਕੱਟੇ ਪਏ ਹੋਵੇ ਤਾਂ। ਦੋਸਤੋ ਤੁਸੀਂ ਚੈੱਕ ਕਰੋ ਕਿਤਨੀ ਖੂਬਸੂਰਤ ਅਤੇ ਪਿਆਰੀ ਕਟਾਈ ਆਉਂਦੀ ਜਾਂਦੀ ਹੈ। ਓਏ ਕੋਈ ਬੰਦਾ ਥੱਲੇ ਅੰਸੋ ਰੇਪਰ ਦੇ ਵਿੱਚ ਅੰਸੋ, ਬਾਕੀ ਦੋਸਤੋ ਅੱਜ ਦੀ ਵੀਡੀਓ ਦਾ ਇਥਾਈ ਕਰਦੇ ਪਏ ਹਾਂ ਐਂਡ। ਉਮੀਦ ਕਰਦੇ ਹਾਂ ਸਾਡਾ ਵਲੌਗ ਅੱਜ ਦਾ ਤੁਹਾਨੂੰ ਪਸੰਦ ਆਇਓ ਸੀ। ਅਗਰ ਸਾਡਾ ਵਲੌਗ ਪਸੰਦ ਆਇਓ ਸੀ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸੋ ਮਿਲਸਾਂ ਕਿਸੇ ਨੈਕਸਟ ਵੀਡੀਓ ਵਲੌਗ ਦੇ ਵਿੱਚ, ਤਬ ਤੱਕ ਕੇ ਲੀਏ ਆਲਾ ਹਾਫਿਜ਼, ਬਾਏ। ਦੋਸਤੋ ਇੱਕ ਏਕੜ ਦੇ ਉੱਤੇ ਡੀਜ਼ਲ ਖਰਚਾ ਹੈ ਪਿਆ ਗਾਜ਼ੀ ਟਰੈਕਟਰ ਦਾ 1 ਤੋਂ 1.5 ਲੀਟਰ ਤੱਕ, ਅਤੇ ਬੜਾ ਮੁਨਾਸਿਬ ਖਰਚਾ ਹੈ ਪਿਆ ਡੀਜ਼ਲ ਦਾ।